जरा स्पीड नाल हाथ मारो जरा इन्ना ना लेट करिया करो पुत्र ये फटाफट अगले तो घर पहुँचना चाहिए देसी मुर्गा जिहड़ा जिहड़ा बंदा लैके जांदा वह मकदरां वाला ही आ इस मौसम दे विच है जिहड़ा देसी दे शोरबे दा जायका बनता वह गोशे दा जायका नहीं हुंदा है ए बंदा कौन जी जनाब वह की रहना वा तू वह जादू करन दिया ओए ये कालियां मुर्गियां बेचण वालियां इन्हां नूं ओए की करन दिया बंदा ओए इन्हां दी मुलाकात ते आया वीर इधर आ ओए ओए इधर आ की गल जमानत करवाउणा आया उन्हां दी अस्सलाम वालेकुम वालेकुम सलाम असल भैया ना मैं थोड़ा बड़ा नाम सुन के आया मियां चिकन सेल सेंटर अच्छा है थोड़ा ही हां साडा असल च मैं थोड़े कोल इस काम लई आया कि इस काम लई मैं दस दा भैया देसी मुर्गे का रेट की है 1100 रुपये 1100 ब्रैलर 460 रुपये ब्रैलर ब्रैलर 460 देसी 1100 अच्छा पोटा कलेजी का रेट की पोटा कलेजी हाँ जी पोटा कलेजी तुसी किन्नी की लैनी किन्नी पोटा उन्हें तुसी रेट की लैनी है सर तुसी रेट दसो ना 200 रुपए पोटे का रेट अच्छा जो फंग आ वह भी बेचते हैं ਤੁਸੀਂ ਲੈਣੇ ਆ ਫੰਗ ਉਹਨਾਂ ਦੇ ਸਰ ਮੈਂ ਜਿੰਨੀ ਗੱਲ ਪੁੱਛ ਰਿਹਾ ਮੈਂ ਦੇਖੋ ਬੜੀ ਦੂਰੋਂ ਸਫ਼ਰ ਕਰਕੇ ਆਇਆ ਤੁਹਾਡੇ ਕੋਲ ਇਹ ਤੁਹਾਡੀ ਬੇਵਕੂਫੀ ਹੈ ਤੁਸੀਂ ਸਫ਼ਰ ਕਰਕੇ ਆਉਂਦੇ ਤੁਸੀਂ ਕਿਸੇ ਸ਼ਹਿਰ ਤੇ ਬਹਿ ਕੇ ਆ ਜਾਂਦੇ ਨਹੀਂ ਸ਼ਹਿਰ ਤੇ ਸਫ਼ਰ ਕੀਤਾ ਜੀ ਮੈਂ ਅੱਛਾ ਕੀ ਰੇਟ ਕੀ ਫੰਗ ਜਿਹੜੇ ਤੁਸੀਂ ਵੈਸੇ ਤੁਹਾਨੂੰ 100 ਰੁਪਏ ਦੇ ਦੇਵਾਂਗੇ ਅੱਛਾ ਇਹ ਦੇਸੀ ਮੁਰਗੇ ਦਾ ਜਿਹੜਾ ਪੰਜਾ ਹਾਂਜੀ ਹਾਂਜੀ ਉਹ ਕਦੀ ਪੰਜਾ ਲੜਾਇਆ ਤੁਸੀਂ ਨਹੀਂ ਨਹੀਂ ਮੈਂ ਕਦੀ ਵੀ ਉਹਨਾਂ ਨਾਲ ਪੰਜਾ ਨਹੀਂ ਲੜਾਇਆ ਕਿਉਂਕਿ ਮੇਰਾ ਤਾਂ ਇਤਰਾਮ ਹੀ ਬਹੁਤ ਕਰਦੀ ਹੈ ਅੱਛਾ ਉਹਦਾ ਰੇਟ ਕੀ ਹੈ ਪੰਜੇ ਦਾ ਤੁਸੀਂ ਚੰਡਾਂ ਖਾਣ ਵਾਸਤੇ ਲਿਜਾਣਾ ਕਿ ਪਕਾਉਣ ਵਾਸਤੇ ਲਿਜਾਣਾ ਨਹੀਂ ਯਾਰ ਮੈਂ ਜਿਹੜੀ ਗੱਲ ਪੁੱਛ ਰਿਹਾ ਤੁਸੀਂ ਗਾਹਕ ਨਾਲ ਮੈਂ ਕਿਹਾ ਵੀ ਤੁਹਾਨੂੰ ਚੰਡਾਂ ਵਾਲਾ ਲਹਿਦਾ ਕੱਢ ਦਿੰਨੇ ਆ ਤੇ ਜਿਹੜਾ ਖਾਣ ਪੀਣ ਵਾਲਾ ਜਿਹੜਾ ਸ਼ੋਰਵਾ ਪੀਣ ਵਾਲਾ ਉਹ ਲਹਿਦਾ ਵਾ ਤੁਸੀਂ ਲੈਣਾ ਕਿਹੜਾ ਪੰਜਾ ਚੰਡਾਂ ਵਾਲੇ ਦਾ ਕੀ ਰੇਟ ਆ ਤੇ ਸ਼ੋਰਵੇ ਵਾਲੇ ਦਾ ਕੀ ਰੇਟ ਚੰਡਾਂ ਵਾਲਾ ਜਿਹੜਾ 150 ਰੁਪਏ ਤੇ ਸ਼ੋਰਵੇ ਵਾਲਾ ਦਾ 100 ਰੁਪਏ ਅੱਛਾ ਸ਼ੋਰਵੇ ਵਾਲਾ ਦਾ 100 ਰੁਪਏ ਲੋਕ ਸਾਡੇ ਨਾਲ ਫਰਾਡ ਕਰਦੇ ਆ ਸਾਨੂੰ ਕਹਿੰਦੇ ਆ ਵੀ ਅਸੀਂ ਸ਼ੋਰਵੇ ਵਾਲਾ 100 ਰੁਪਏ ਸਾਡੇ ਕੋਲ ਲੈ ਜਾਂਦੇ ਆ ਉੱਥੇ ਚੰਡਾਂ ਦਾ ਕੰਮ ਲੈਂਦੇ ਆ ਉਹਨਾਂ ਕੋਲ ਯਾਨੀ ਕਿ ਧੋਖਾ ਹੋ ਰਿਹਾ ਤਾਂ ਧੋਖਾ ਫਰਾਡ ਚਾ ਲੈਗ ਪੀਸ ਦਾ ਕੱਲੇ ਦਾ ਰੇਟ ਕੀ ਲੈਗ ਪੀਸ ਦਾ ਜਿਹੜਾ ਵਾ 400 ਰੁਪਏ ਤੁਹਾਡੇ ਕੋਲ ਲਾ ਲਾਂਗੇ ਕੱਲਾ ਲੈਗ ਪੀਸ ਦੇ ਦਿਆਂਗੇ ਤੁਹਾਨੂੰ 400 ਰੁਪਏ ਅੱਗੇ ਤੁਸੀਂ ਮੈਨੂੰ 460 ਰੁਪਏ ਕਿਲੋ ਦੇ ਦਿੱਤੇ ਉਹ ਮੈਂ ਤੁਹਾਨੂੰ ਮੁਕੰਮਲ ਕੋਸ਼ਤ ਦਾ ਦੱਸਿਆ ਹੈ ਅੱਛਾ ਤੁਸੀਂ ਲੈਗ ਦਾ ਕਹਿ ਰਹੇ ਹੋ ਹਾਂਜੀ ਲੈਗ ਅੱਛਾ ਲੈਗ ਦਾ ਭਾਈ ਸੀਨੇ ਦਾ ਰੇਟ ਕੀ ਹੈ ਪਰ ਸ਼ਾਇਦ ਆ ਮੇਰੇ ਕੋਲ ਪੁੱਛੀਆਂ ਨਾ ਉਹ ਮੁਰਗੀਆਂ ਖਲੋਤੀਆਂ ਤੇਰੇ ਸਾਹਮਣੇ ਉਹਨਾਂ ਕੋਲੋਂ ਪੁੱਛ ਲਾ ਵੀ ਸੀਨੇ ਦਾ ਰੇਟ ਹੈ ਜਿਹੜਾ ਵੀਰੇ 450 ਰੁਪਏ ਲਾ ਲਾਂਗੇ ਤੈਨੂੰ ਉਹ ਵੀਰੇ ਬੇਜ਼ਬਾਨ ਆ ਉਹਨਾਂ ਨੂੰ ਮੈਂ ਕਿੱਦਾਂ ਪੁੱਛ ਲਵਾਂ ਕੌਣ ਕਹਿੰਦਾ ਬੇਜ਼ਬਾਨ ਆ ਮੈਂ ਹੁਣੇ ਤੈਨੂੰ 50 ਸਿਰੀਆਂ ਦਿਖਾਣਾ ਵਿੱਚ ਜ਼ਬਾਨ ਐ ਨਿੱਕੀ ਨਿੱਕੀ ਜ਼ਬਾਨ ਉਹ ਬੇਜ਼ਬਾਨ ਤੋਂ ਮਰਾਦ ਹੁੰਦਾ ਕਿ ਜ਼ਬਾਨ ਤੇ ਹੁੰਦੀ ਉਹ ਗੱਲ ਨਹੀਂ ਕਰ ਸਕਦੀ ਜਿੱਦਾਂ ਗੱਲ ਕਿਉਂ ਨਹੀਂ ਕਰਦੀਆਂ ਭਾਵੇਂ ਮੈਨੂੰ ਪਤਾ ਲੱਗ ਜਾਂਦਾ ਵਾ ਮੈਨੂੰ ਇਹਨਾਂ ਦੀ ਗੱਲ ਦੀ ਸਮਝ ਆਉਂਦੀ ਆ ਉਹ ਭਰਾਵਾ ਜਿੱਦਾਂ ਤੂੰ ਟਰ ਟਰ ਕਰਨਿਆ ਕੁਕੜੀ ਇਦਾਂ ਟਰ ਟਰ ਨਹੀਂ ਕਰ ਸਕਦੀ ਉਹ ਕਰ ਹੀ ਨਹੀਂ ਸਕਦੀ ਉਹ ਤਾਂ ਬੋਲਦੀ ਕੋ ਕੋ ਆ ਟਰ ਟਰ ਤਾਂ ਕਰਦੀ ਨਹੀਂ ਤੇਰੇ ਪਤਾ ਨਹੀਂ ਲੈਦਰ ਖਰਾਬ ਆ ਬੋਲੀ ਜਾਣਾ ਕਿ ਤਾਂ ਬ੍ਰੇਕ ਲਾ ਲਾ ਐ ਤੈਨੂੰ ਹੋ ਜਾ ਹੁਣ ਅੰਡਾ ਤਮੀਜ਼ ਬੰਦਾ ਜਦੋਂ ਵੀ ਇਹਦੇ ਕੋਲ ਖਲੋਤਾ ਅੰਡਿਆਂ ਨੂੰ ਤੇੜਾ ਆ ਗਈ ਇੱਧਰ ਹੋ ਜਾ ਇੱਧਰ ਹੋ ਕੇ ਮੈਨੂੰ 10 ਪੁੱਤਰ ਲੈਣਾ ਕੀ ਆ ਤੂੰ ਐਡੀ ਜੈਕਟ ਪੱਕੀ ਪਾ ਕੇ ਆ ਗਿਆ ਹੁਣ ਗੱਲ ਪਤਾ ਕੀ ਆ ਆ ਫੋਗ ਨੂੰ ਧੁੰਦੇ ਸਮਝੀ ਜਾਣਦੇ ਪਤਾ ਨਹੀਂ ਅੱਛਾ ਮਾਰਕੀਟ 'ਚ ਤੁਸੀਂ ਕੀ ਪਾ ਲੈਂਦੇ ਆ ਦੇਸੀ ਜਿਹੜਾ ਦੇਸੀ ਹਾਂ ਮਾਰਕੀਟ 'ਚ ਵੀਰੇ ਅਸੀਂ ਕੋ 50-60 ਰੁਪਏ ਆਪਣੇ ਰੱਖ ਲਈਦੇ ਆ ਮੁੜ ਕੇ ਮਾਰਕੀਟ ਦੇ ਵਿੱਚ ਇਸ ਹਿਸਾਬ ਨਾਲ ਵੇਚੀ ਜਾਈਦਾ ਤੇ ਬ੍ਰੈਲਰ ਬ੍ਰੈਲਰ ਦਾ ਵੀ 40-50 ਰੁਪਏ ਦੀ ਸਾਡੀ ਬਚਤ ਹੁੰਦੀ ਜ਼ਿਆਦਾ ਨਹੀਂ ਹੈ ਅੱਛਾ 50 ਰੁਪਏ ਤੁਸੀਂ ਘੱਟ ਬਜਟ ਕੱਪੜੇ ਹਿਸਾਬ ਨਾਲ ਕਰਦੇ ਬਚਤ ਸਿਰ ਉਹਦੇ ਹਿਸਾਬ ਨਾਲ ਸੀ ਗੋਸ਼ਤ ਆਪਣਾ ਸਾਰਾ ਵੇਚੀ ਆ ਅੱਛਾ ਮੈਂ ਤੁਹਾਡੇ ਲਈ ਇੱਕ ਪੈਕੇਜ ਲੈ ਕੇ ਆਇਆ ਅੱਛਾ ਹਾਂਜੀ ਕੀ ਪੈਕੇਜ ਕਾਦਾ ਜੀ ਅਗਰ ਤੁਸੀਂ ਇਜਾਜ਼ਤ ਦਿਓ ਮੈਂ ਤੁਹਾਡੇ ਲਾਗੇ ਆ ਜਾਵਾਂ ਜਰਾ ਜਾਂ ਤੁਸੀਂ ਇੱਧਰ ਆ ਜਾਓ ਮੈਂ ਇੱਧਰ ਆ ਜਾਣਾ ਚਲੋ ਇਸ ਤਰ੍ਹਾਂ ਕਰੋ ਮੈਂ ਇੱਧਰ ਆ ਜਾਣਾ ਤੁਸੀਂ ਇੱਧਰ ਨਾ ਆਓ ਮੈਂ ਇੱਧਰ ਆ ਜਾਣਾ ਹਾਂ ਆਹ ਸਹੀ ਹੈ ਗੱਲ ਕਿਉਂਕਿ ਫਿਰ ਆਪਾਂ ਦੋਵੇਂ ਜਣੇ ਇੱਕ ਦੂਜੇ ਤੋਂ ਪਰੇ ਹੋ ਜਾਾਂਗੇ ਇੱਧਰ ਆ ਬੈਠ ਗੱਲ ਕਰਦੇ ਨਹੀਂ ਕੋਈ ਨਹੀਂ ਖਲੋ ਕੇ ਕਰ ਲਓ ਜ਼ਿਆਦਾ ਲੰਬੀ ਗੱਲ ਨਹੀਂ ਹੈ ਅੱਛਾ ਇਹ ਸੂਟ ਏਡਾ ਮੋਟਾ ਪਾਇਆ ਇਹ ਮੋਟਾ ਨਹੀਂ ਪਾਇਆ ਵੀਰਿਆ ਇਹ ਜਦੋਂ ਕਿਤੇ ਝੋਲੀ ਚੱਕ ਕੇ ਕਿਸੇ ਨੂੰ ਬਦਵਾ ਦੇਣੀ ਹੁੰਦੀ ਹੈ ਨਾ ਫਿਰ ਆਪਣਾ ਸੂਟ ਆ ਨਾ ਜਿਹੜਾ ਉਹ ਅੱਛਾ ਨਹੀਂ ਲੱਗਦਾ ਆ ਮੈਂ ਸਿਰਫ ਝੋਲੀ ਚੱਕਣ ਵਾਸਤੇ ਰੱਖਿਆ ਇਹ ਕਿ ਤੁਸੀਂ ਲੋਕਾਂ ਨੂੰ ਬਦਵਾ ਬਗਾਨੀ ਝੋਲੀ ਨਾ ਦੇ ਰਹੇ ਬਗਾਨੀ ਝੋਲੀ ਨਾ ਪਾਇਆ ਨਾ ਐਕਸਟਰਾ ਝੋਲੀ ਮਿਲਦੀ ਹੈ ਇੱਥੇ ਮਾਰਕੀਟੋਂ ਮਿਲਦੀ ਹੈ ਬਦਵਾ ਵਾਲੀ ਝੋਲੀ ਆ ਦੇਖੋ ਸ਼ਰਮ ਨਹੀਂ ਆਉਂਦੀ ਸ਼ਰਮ ਤੇ ਪਾਇਆ ਨਾ ਸ਼ਰਮ ਤੇ ਉਹਨੂੰ ਆਉਣੀ ਚਾਹੀਦੀ ਜਿਹੜਾ ਬਦਵਾ ਮੇਰੇ ਕੋਲ ਲੈਣ ਦੇ ਆ ਅੱਛਾ ਇਹ ਤੁਸੀਂ ਮੈਨੂੰ ਲੱਗਦਾ ਲੈ ਲੈਣੀ ਮੇਰੇ ਕੋਲ ਇਹ ਬਗਾਨੀ ਝੋਲੀ ਤੁਸੀਂ ਚੌਲ ਵੀ ਪਵਾ ਸਕਦੇ ਹਾਂ ਹਾਂਜੀ ਹਾਂਜੀ ਅੱਛਾ ਗੱਲ ਪਤਾ ਕੀ ਅਗਰ ਤੁਹਾਡੀ ਮੈਂ ਇੱਥੇ ਉਂਗਲਾ ਰੱਖੋ ਜ਼ਰਾ ਤੁਹਾਡਾ ਨਾਮ ਕੀ ਹੈ ਮੀਆਂ ਹਬੀਬ ਜੀ ਤੁਹਾਡਾ ਨਾਮ ਮੀਆਂ ਹਬੀਬ ਆ ਜੀ ਹਬੀਬ ਆਇਲ ਤੁਹਾਡਾ ਆ ਹਬੀਬ ਰਫੀਕ ਨਹੀਂ ਜਿਹੜੇ ਤੁਸੀਂ ਹਾਂਜੀ ਹਾਂਜੀ ਉਹ ਜਿਹੜੇ ਨੇ ਉਹ ਨਹੀਂ ਹੈ ਇਹ ਮੈਂ ਆਪਣਾ ਹਬੀਬ ਆ ਉਹ ਆਪਣਾ ਹਬੀਬ ਆ ਜਿਹਨੇ ਕਿ ਹਬੀਬ ਤੁਸੀਂ ਤੇ ਰਫੀਕ ਉਹ ਆ ਉਹ ਰਫੀਕ ਉਹ ਆ ਹਬੀਬ ਮੈਂ ਉਹਨਾਂ ਦਾ ਵੀ ਇੱਕ ਹਬੀਬ ਆ ਤੇਰੇ ਕੋਲ ਦਿਨ ਕੇ ਸਾਦਾ ਧਾਗੂ ਧਾਗੂ ਨੌ ਨੌ ਹਾਂ ਜੀ ਅੱਛਾ ਗੱਲ ਪਤਾ ਕਿ ਪੈਕੇਜ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਕੀ ਗੱਲ ਕੀ ਪੈਕੇਜ ਕਾਹਦਾ ਪੁੱਤਰ ਤੁਸੀਂ ਜਿਹੜਾ ਮਾਰਕੀਟ 'ਚ ਗੋਸ਼ ਲੈਂਦੇ ਹੋ ਹਾਂ ਉਹ ਤੁਹਾਨੂੰ ਮੈਂ 10 ਰੁਪਏ ਮਜ਼ੀਦ ਰਾਤ ਦਿਆਂਗਾ ਅੱਛਾ ਜੀ ਜੀ ਸਰ ਮੇਰੀਆਂ ਤੁਹਾਡਾ ਕਿਤੇ ਪੋਲਟਰੀ ਫਾਰਮ
ਮੇਰੀਆਂ ਸ਼ਹਿਰ 'ਚ 70 ਟੀਮਾਂ ਫਿਰਦੀਆਂ ਇੱਥੇ ਪੂਰੇ ਫੈਸਲਾਬਾਦ 'ਚ ਫਿਰਦੀਆਂ ਅੱਛਾ ਲਓ ਤਾਂ ਫਿਰ ਤਾਂ ਤੁਸੀਂ ਗੱਲ ਕਰੋ ਸਾਨੂੰ ਸਾਨੂੰ ਤਾਂ ਚਾਹੀਦਾ ਵਾ 10 ਰੁਪਏ ਚਲੋ ਸਸਤਾ ਰੇਟ ਲੱਭ ਜਾਵੇ ਤਾਜ਼ਾ ਗੋਸ਼ਤ ਮਿਲੇਗਾ ਤੁਹਾਨੂੰ ਤਾਜ਼ਾ ਹਾਂਜੀ ਇਹ ਤਾਜ਼ਾ ਹੀ ਹੁੰਦਾ ਭੈਣ ਲੇਕਿਨ ਉਹ ਜ਼ਿਆਦਾ ਤਾਜ਼ਾ ਹੁੰਦਾ ਅੱਛਾ ਉਹ ਜ਼ਿਆਦਾ ਤਾਜ਼ਾ ਇਹ ਤਾਂ ਨਾ ਕਿਸੇ ਟਾਈਮ ਧੋਖਾ ਵੀ ਹੋ ਸਕਦਾ ਸੁੱਤੀ ਮੁਰਗੀ ਪਾਤੀ ਲੇਕਿਨ ਨਹੀਂ ਉਹ ਚੌਕਸ ਮੁਰਗੀ ਐ ਕਰਕੇ ਜਿਹੜੀ ਚੌਕਸ ਮੁਰਗੀ ਅਸੀਂ ਉਦੋਂ ਤੱਕ ਉਹ ਮੁਰਗੀ ਅਸੀਂ ਕਰੀ ਦੀ ਨਹੀਂ ਜਿਹੜਾ ਇੱਕ ਦਾ ਨਾਉ ਨਾ ਸਾਡੇ ਮਾਰੇ ਸਰ ਉਹ ਚੌਕਸ ਮੁਰਗੀ ਆ ਗਈ ਫੁੱਲ ਚੌਕਸ ਮੁਰਗੀ ਠੀਕ ਹੈ ਠੀਕ ਹੈ ਤੇ ਤੁਸੀਂ ਕੋਈ ਗੱਲ ਨਹੀਂ ਦੱਸੋ ਕਿੱਥੇ ਤੁਹਾਡੀ ਆੜਤ ਸਰ ਆੜਤ ਆਪਣੀ ਕੋਈ ਨਹੀਂ ਹਾਂ ਅਸਲ 'ਚ ਮੇਰੀਆਂ ਜਿਹੜੀਆਂ ਟੀਮਾਂ ਫੇਰੀਆਂ ਨੇ ਸ਼ਹਿਰ 'ਚ ਅੱਛਾ ਵਿਆਹਾਂ ਦਾ ਇੱਧਰ ਹੋ ਜਾਓ ਪੈਸੇ ਪਤਾ ਕੀ ਗੱਲ ਹੈ ਪੈਸਿਆਂ ਦਾ ਵਾਧਾ ਘਾਟਾ ਹੋ ਜਾਣਾ ਤੁਸੀਂ ਜਿੱਡੀ ਮਰਜ਼ੀ ਜੈਕਟ ਪੱਕੀ ਪਾਈ ਹੈ ਜੈਕਟ ਵਾਲਾ ਬੰਦਾ ਜਿਹੜਾ ਉਹਨੂੰ ਪੈਸੇ ਲੁਕਾਉਣੇ ਬਹੁਤ ਸੌਖੇ ਹੁੰਦੇ ਕਿਉਂਕਿ ਕਿੰਨੀਆਂ ਤਾਂ ਜੇਬਾਂ ਹੁੰਦੀਆਂ ਇੱਧਰ ਹੋ ਜਾਓ ਇੱਧਰ ਆ ਗੱਲ ਕਰਨ ਇੱਧਰ ਆ ਜਾ ਭਾਜੀ ਇੱਧਰ ਆ ਗੱਲੇ ਦੇ ਕੋਲ ਤੇ ਰਹਿੰਦੇ ਹੁਣ ਇੱਧਰ ਹੋ ਜਾ ਕਿੱਥੇ ਪੈਸੇ ਲਾ ਜਾਣੇ ਭਾਜੀ ਕਿੱਥੇ ਪੈਸੇ ਲਾ ਜਾਣੇ ਹੈ ਕਿੱਥੇ ਲਾ ਜਾਣੇ ਪੈਸੇ ਇੱਥੇ ਰਹਿ ਜਾਣਾ ਸਭ ਕੁਝ ਇੱਥੇ ਕਿੱਥੇ ਰਹਿ ਜਾਣਾ ਮੈਂ ਦੁਕਾਨ ਬੰਦ ਕਰਕੇ ਰਾਤ ਨੂੰ ਘਰ ਲੈ ਜਾਣਾ ਵਾ ਅੱਛਾ ਜੀ ਨਹੀਂ ਕਿ ਚਲੋ ਇਹ ਵੀ ਸਾਰਾ ਕੁਝ ਲੈ ਜਾਣਾ ਵਾ ਅੱਛਾ ਗੱਲ ਪਤਾ ਕੀ ਮੇਰੀ ਜਿਹੜੀ 70 ਟੀਮਾਂ ਸ਼ਹਿਰ 'ਚ ਫੇਰਦੀਆਂ ਅੱਛਾ ਸਰ ਤਾਜ਼ਾ ਗੋਸ਼ਤ ਤੁਹਾਨੂੰ ਦੇਣਗੀਆਂ ਠੀਕ ਹੈ ਤੁਸੀਂ ਦੇਖ ਰਹੇ ਕਿ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਸ਼ਾਦੀਆਂ ਦਾ ਸੀਜ਼ਨ ਅਕਸਰ ਮਾਵਾਂ ਲਾੜੇ ਤੋਂ ਐਂ ਕਰਕੇ ਚੂਚਾ ਵਾਰ ਕੇ ਐਂ ਕਰਕੇ ਸੜਦੀਆਂ ਦੇਖਿਆ ਕਦੀ ਜ਼ਿੰਦਗੀ 'ਚ ਆਹੋ ਸੁੱਟਦੀਆਂ ਤਾਂ ਹੈ ਵਾ ਵੈਰੀ ਗੁੱਡ ਉਹ ਜਿਹੜੀਆਂ ਮੇਰੀਆਂ ਟੀਮਾਂ ਨਾ ਉਹ ਚੂਚਾ ਕੈਚ ਕਰਦੀਆਂ ਉਹ ਚੂਚਾ ਜ਼ਮੀਨ ਤੇ ਨਹੀਂ ਲੱਗੇਗਾ ਭਾਈ ਜਾਨ ਉਹ ਚੂਚੇ ਨੂੰ ਮਿੱਟੀ ਵੀ ਨਹੀਂ ਲੱਗੇਗੀ ਸਾਫ ਚੂਚਾ ਤੁਹਾਡੇ ਕੋਲ ਆਏਗਾ ਔਰ 10 ਰੁਪਏ ਦੇ ਵਿੱਚ ਉਹ ਅਕਸਰ ਜਿਹੜਾ ਵਾ ਨਾ ਜਦੋਂ ਵਾਰ ਕੇ ਐਂ ਕਰਕੇ ਕਰਦੇ ਨੇ ਤੇ ਫਿਰ ਸੁੱਟਦੇ ਆ ਉਹ ਇਹ ਨਹੀਂ ਕਰਦੇ ਕਿਸੇ ਨੂੰ ਕੈਚ ਨਹੀਂ ਕਰਾਉਂਦੇ ਅਸੀਂ ਉਹ ਅਸੀਂ ਆਪ ਆਪਣੇ ਬਾਰੇ ਨੇ ਸਾਨੂੰ ਪਤਾ ਵਾ ਵੀ ਉਹ ਤਾਂ ਐਂ ਸੁੱਟਦੇ ਆ ਉਹ ਮਿੱਟੀ ਲੱਗ ਜਾਂਦੀ ਉਹਨੂੰ ਨਹੀਂ ਲੇਕਿਨ ਮੇਰੀ ਟੀਮ ਦੀ ਇੱਕ ਖਾਸ ਵਰਦੀ ਆ ਉਹ ਜਦੋਂ ਸ਼ਾਦੀ 'ਚ ਪਹੁੰਚਦੇ ਉਹਨੂੰ ਪਤਾ ਲੱਗਦਾ ਕਿ ਉਹ ਆ ਗਏ ਚੂਚਾ ਕੈਚਰ ਅੱਛਾ ਉਹ ਐਂ ਕਰਕੇ ਐਂ ਹੀ ਸੁੱਟਦੇ ਆ ਉੱਤੋਂ ਕੈਚ ਕਰਦੇ ਹਵਾਈ ਚੂਚਾ ਕੈਚ ਕਰਦੇ ਅੱਛਾ ਹੁਣ ਜ਼ਮੀਨ ਨਾਲ ਨਹੀਂ ਲੱਗਣ ਦਿੰਦੇ ਔਰ ਮੇਰੇ ਕੋਲ 10-10 ਸਾਲ ਤੋਂ ਬੱਚੇ ਹੋ ਗਏ ਨੇ ਜਿਹੜੇ ਸਿਰਫ ਚੂਚਾ ਕੈਚ ਕਰਦੇ ਲੇਕਿਨ ਸਾਡਾ ਕੰਮ ਤੁਹਾਨੂੰ ਪਤਾ ਹੈ ਕਿ ਸਾਡਾ ਇੱਕ ਨਾਮ ਸਾਰੇ ਮੀਆਂ ਚਿਕਨ ਜਿਹੜਾ ਵਾ ਇਹ ਪੂਰੀ ਸਲੀਮੀ ਚੌਂਕ ਦੇ ਵਿੱਚ ਨਾਮ ਆ ਤੇ ਅਸੀਂ ਤੇ ਇਦਾਂ ਦਾ ਕੰਮ ਕਰਦੇ ਹੀ ਨਹੀਂ ਵੀਰੇ ਅਸੀਂ ਤਾਂ ਫਰੈਸ਼ ਗੋਸ਼ਤ ਵੇਚਦੇ ਆ ਸਾਰੂ ਵੀ ਸਾਡੀਆਂ ਮੁਰਗੀਆਂ ਜਿਹੜੀਆਂ ਸਦਕੇ ਤੋਂ ਪਾਕ ਆ ਸਾਡਾ ਤਾਂ ਇੱਥੋਂ ਲਿਜਾ ਕੇ ਕੋਈ ਨਹੀਂ ਸਦਕਾ ਦਿੰਦਾ ਉਹ ਤਾਂ ਜੁੜਦੇ ਨਹੀਂ ਹੈ ਉਹ ਨਹੀਂ ਨਹੀਂ ਅਸਲ 'ਚ ਸਾਡੇ ਤੋਂ ਪੁੱਛੇ ਤੋਂ ਸਬਗੈਰ ਸਦਕਾ ਕਿਦਾਂ ਦੇ ਦੇਵੇ ਕੋਈ ਅਸੀਂ ਤਾਂ ਪੈਸੇ ਪੂਰੇ ਲੈਣੇ ਵੀਰੇ ਉਹ ਪੈਸੇ ਪੂਰੇ ਹੀ ਅਗਲੇ ਨੂੰ ਦੇਣੇ ਉਹ ਭਾਜੀ ਗੱਲ ਸੁਣ ਲਓ ਸਦਕਾ ਅਕਸਮ ਦੀ ਤਾਂ 7 ਵਾਰੀ ਐਂ ਕਰੋ ਪਹਿਲੀਆਂ ਮਾਈਆਂ ਠੀਕ ਸੀ ਜਿਹੜੀਆਂ 7 ਚੱਕਰ ਪੂਰੇ ਕਢਾਉਂਦੀਆਂ ਸੀ ਹੁਣ ਤਾਂ 2 ਚੱਕਰਾਂ ਤੋਂ ਬਾਅਦ ਹੱਥ ਥੱਕ ਜਾਂਦਾ ਹੱਥ ਜ਼ਰੂਰ ਥੱਕ ਜਾਂਦਾ ਜਿਨ੍ਹਾਂ ਨੇ ਮੁਰਗੀ ਲੈ ਕੇ ਆਂਦੀ ਹੁੰਦੀ ਉਹ 7 ਗੇੜੇ ਪੂਰੇ ਕਢਾਉਂਦੇ ਆ ਉਹ ਨਹੀਂ ਭਾਜੀ ਉਹ ਵੀਰੇ ਕਈ ਬੰਦੇ ਇਦਾਂ ਦੇ ਹੋਏ ਕਿ ਮੁਰਗੀ ਸਾਡੇ ਕੋਲ ਇੱਥੇ ਪਹੁੰਚ ਗਈ ਆ ਮੁੜ ਕੇ ਉਹ ਸਿਰ ਲੈ ਕੇ ਇੱਥੇ ਆ ਕੇ ਕਹਿੰਦੇ 2 ਚੱਕਰ ਰਹਿੰਦੇ ਸੀ ਚਲੋ ਤੁਹਾਡਾ ਸਾਡਾ ਵਾਅਦਾ ਤੁਹਾਨੂੰ 6 ਚੱਕਰਾਂ ਵਾਲੀ ਮੁਰਗੀ ਮਿਲੇਗੀ ਨਹੀਂ ਸਦਕਾ ਹੁੰਦਾ ਹੀ 7 ਚੱਕਰਾਂ ਵਾਲਾ ਭਾਜੀ 7 ਵਾਲਾ ਹੁੰਦਾ ਵਾ ਭਾਜੀ ਜਾਂ ਤੇ ਤੁਸੀਂ ਇਦਾਂ ਹੋਵੇ ਵੀ ਚੱਕਰ ਘੱਟ ਕਰੋ ਚਲੋ ਕਿਉਂਕਿ ਤਾਂ ਕਿ ਅਸੀਂ ਸਦਕੇ 'ਚ ਬਾਹਰ ਨਿਕਲ ਜਾਈਏ ਅੱਛਾ ਤੁਸੀਂ ਸਦਕਾ ਘੱਟ ਕਰੋ 3.5 ਚੱਕਰਾਂ ਤੋਂ ਬਾਅਦ ਸਾਡੇ ਕੋਲ ਮੁਰਗੀ ਆ ਜਾਈਓ ਤੁਸੀਂ ਭਾਈ ਇਹਨਾਂ ਸਾਡੇ ਨਾਲ ਚੱਲ ਕੇ ਵੇਖੋ ਔਰ ਅਗਲੀ ਗੱਲ ਤੁਹਾਡੀ ਕਿਸਮਤ ਤੇਜ਼ ਹੋਈ ਵਿੱਚ ਕਿਸੇ ਟਾਈਮ ਨਾ ਦੇਸੀ ਕੁੱਕੜ ਵੀ ਆ ਜਾਂਦਾ ਉਸੇ ਹੀ ਰੇਟ 'ਚ ਤੁਹਾਨੂੰ ਉਹ ਵੀ ਮਿਲੇਗਾ ਅੱਛਾ ਜੀ ਸਦਕੇ ਵਾਲਾ ਲੇਕਿਨ ਦੇਸੀ ਵਾਰ ਦੇ ਵੂਰ ਤੇ ਘੱਟ ਹੀ ਆ ਜਿਹੜੇ ਵਾਰਨ ਵਾਲੇ ਨੇ ਨਾ ਉਹ ਬਲੈਲਰੀ ਲਈ ਆਉਂਦੇ ਉਹ ਭਾਈ ਅੱਛੀਆਂ ਕੁਲੂਨੇ 'ਚ ਅੱਜ ਕੱਲ੍ਹ ਦੇਸੀ ਵਾਰ ਦੇ ਅੱਛਾ ਜੀ ਹਾਂਜੀ ਉਹ ਤਾਂ ਬੱਕਰੇ ਵੀ ਵਾਰ ਦੇ ਸਰ ਉਹ ਵੀ ਤੁਹਾਨੂੰ ਪਹੁੰਚ ਜਾਏਗਾ ਬਖਰਾ ਵੀ ਸਰ ਤੁਸੀਂ ਤਾਂ ਹੀ ਟੰਗਣਾ ਅੱਛਾ ਉਹਨੇ ਨੇ ਟੰਗ ਤੇ ਦੇਣਾ ਲੇਕਿਨ ਜਿਹੜਾ ਸਦਕੇ ਵਾਲਾ ਹੁੰਦਾ ਨਾ ਉਹਦਾ ਸ਼ੋਰਵਾ ਨਹੀਂ ਬਣਦਾ ਸਰ ਬੱਕਰੇ ਦਾ ਉਹ ਭੋਲਵਾ ਖਾਣਾ ਪੈਂਦਾ ਬੱਕਰੇ ਦਾ ਤੈਨੂੰ ਫਾਇਦਾ ਬਹੁਤ ਆ ਕੀ ਗੋਸ਼ਤ ਵੇਚ ਕੇ ਉਹਦੀ ਜਿਹੜੀ ਖਾਲ ਆ ਉਹਦੀ ਜੈਕਟ ਬਣਾ ਲਈ ਬੱਲੇ 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 ਅੱਗੇ ਧੁੰਦਾਂ ਆ ਰਹੀਆਂ ਵਾ ਤੁਸੀਂ ਇਦਾਂ ਕਰੋ ਬੰਦੇ ਜਿਹੜੇ ਤੁਹਾਡੇ ਕਿੱਥੇ ਨੇ ਪਤਾ ਕੀ ਗੱਲ ਆ ਅਸੀਂ ਸਦਕੇ ਦਾ ਗੋਸ਼ਤ ਆਪਣੀ ਦੁਕਾਨ ਤੇ ਰੱਖਦੇ ਨੇ ਅੱਛਾ ਤੁਸੀਂ ਇਸ ਤਰ੍ਹਾਂ ਕਰਨਾ ਮੈਂ ਤੁਹਾਨੂੰ ਇੱਕ ਦੁਕਾਨ ਦੱਸਦਾ ਤੁਸੀਂ ਉਹਨਾਂ ਨੂੰ ਵੇਚ ਆਇਆ ਕਰਨਾ ਉਹਨਾਂ ਕੋਲ ਅਸੀਂ ਲੈ ਲਿਆ ਕਰਾਂਗੇ ਅਸੀਂ ਤੁਹਾਡੇ ਕੋਲ ਨਹੀਂ ਲੈਣਾ ਜਿਹਨੇ ਕਿ ਸਾਡੇ ਕੋਲ ਲੈਣਾ ਨਹੀਂ ਸਾਡੇ ਕੋਲ ਤੁਸੀਂ ਕੰਮ ਸਾਫ਼ ਕਰਦੇ ਹੋ ਕੰਮ ਸਾਫ਼ ਕਰਦੇ ਹੋ ਵੈਰੀ ਗੁੱਡ ਮਿਆਰ ਮਕਾਮ ਆ ਦੁਕਾਨ ਆ ਤੁਹਾਡੀ ਦੁਕਾਨ ਆ ਤੁਹਾਡਾ ਨਾਮ ਆ ਨਾਮ ਆ ਮਕਾਮ ਆ ਦੁਕਾਨ ਆ ਅੱਛਾ ਤੇਰੀ ਸ਼ਾਮਾ ਨਾਮ ਮਕਾਮ ਤੇ ਦੁਕਾਨ ਦੁਕਾਨ ਅਤੇ ਨਾ ਕੁਝ ਕਿਉਂਕਿ ਥੱਲੇ ਦੁਕਾਨ ਉੱਤੇ ਮਕਾਨ ਤੇ ਆ ਅਖਲੋਤਾ ਮਕਾਮ ਤੁਹਾਡੇ ਸਾਹਮਣੇ ਤੇ ਸਮਾਨ ਸਮਾਨ ਜਿਹੜਾ ਇਹਨੂੰ ਪਰੇ ਰੱਖੋ ਜਰਾ ਅੱਛਾ ਰੇਟ ਤੈਅ ਕਰ ਲਈਏ ਰੇਟ ਤੈਅ ਕਰ ਲਓ ਲੇਕਿਨ ਮੈਂ ਤੁਹਾਨੂੰ ਜਿਹੜੀ ਜਗ੍ਹਾ ਦੱਸੀ ਉੱਥੇ ਪਹੁੰਚਾਓ ਅੱਛਾ ਜਗ੍ਹਾ ਉੱਥੇ ਪਹੁੰਚ ਜਾਏਗੀ ਅਗਲਾ ਕੰਮ ਇੱਕ ਹੋਰ ਅੱਗੇ ਆ ਰਿਹਾ ਵੱਡੀ ਈਦ ਦਾ ਸੌਰੀ ਇੱਕ ਕੰਮ ਹੋਰ ਭਾਈ ਜਾਨ ਉਹ ਕਿਹੜਾ ਆਵਾਮ ਨਾਲ ਮੁਹੱਬਤਾਂ ਕਰਨ ਲੱਗ ਪਈ ਸਾਡੀ ਟੀਮ ਨਾਲ ਅੱਛਾ ਹਾਂਜੀ ਉਹ ਹੁਣ ਸਰੀਆਂ ਵੀ ਵਾਰਦੇ ਆ ਔਰ ਤੁਹਾਨੂੰ ਸਰੀ ਵੀ ਛੋਟੀ ਪਹੁੰਚੇਗੀ ਨਹੀਂ ਨੋ ਸਰੀਆਂ ਆਪਣਿਆਂ ਤੋਂ ਵਾਰਦੇ ਜਿਹੜੇ ਤੁਹਾਡੇ ਜੀ ਜਾਂਦੇ ਉਹਨਾਂ ਦੇ ਤੋਂ ਵਾਰਦੇ ਨਾ 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 ਸਰ ਆਪਣਿਆਂ ਤੋਂ ਵਾਰ ਕੇ ਸਾਨੂੰ ਆਪਣੇ ਤੋਂ ਵਾਰ ਕੇ ਸਾਡੀ ਟੀਮ ਜਿਹੜੀ ਆ ਔਰ ਤੁਹਾਡਾ ਇਮਾਨਦਾਰੀ ਨਾਲ ਕੰਮ ਕਰਾਂਗਾ ਇਹ ਇਮਾਨਦਾਰੀ ਵਾਲਾ ਤਾਂ ਕੰਮ ਰਿਹਾ ਹੀ ਸਰੀ 'ਚੋਂ ਮਗਜ਼ ਨਹੀਂ ਕੱਢਾਂਗਾ ਤੁਸੀਂ ਚਮਚੀਆਂ ਨਾਲ ਖਾਓ ਨੋ ਰੌਲਾ ਮੈਂ ਕਹਿਣਾ ਤਾਂ ਤੁਸੀਂ ਭਾਈ ਹੋ ਸਾਡੇ ਦੇਖੋ ਅਸੀਂ ਤੁਹਾਡੇ ਨਾਲ ਚੱਲਣਾ ਵਾ ਜਿਹੜਾ ਲੋਕ ਸਦਕੇ ਦਾ ਕੁਝ ਸਾਡੇ ਕੋਲ ਲੈ
ਤੇ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਇੱਕ ਬੱਚਾ ਮੇਰਾ ਜਿਹੜਾ ਟੀਮ ਦਾ ਮੈਂਬਰ ਆ ਉਹ ਤੁਹਾਡੇ ਕੋਲ ਆਇਆ ਕਰੇਗਾ ਤੁਹਾਨੂੰ ਗੋਸ਼ਤ ਦੇ ਜਾ ਕਰੇਗਾ ਕੁੱਕੜ ਕੈਚ ਕਰਕੇ ਨਹੀਂ ਨਹੀਂ ਕੁੱਕੜ ਸਾਡੇ ਕੋਲ ਕੈਚ ਨਹੀਂ ਮੈਂ ਸਾਡੇ ਕੋਲ ਨਹੀਂ ਕੁਛ ਆਇਆ ਲੈ ਕੇ ਆਉਣਾ ਤੁਹਾਨੂੰ ਮੈਂ ਇੱਕ ਦੁਕਾਨ ਦੱਸਾਂਗਾ ਤੁਸੀਂ ਉੱਥੇ ਲਿਜਾਣੀ ਆ ਉੱਥੋਂ ਮੈਂ ਲਿਆ ਕਰਾਂ ਮੇਰੀ ਮਰਜ਼ੀ ਮੈਂ ਲਿਆਵਾਂ ਚਾਹੇ ਨਾ ਲਿਆਵਾਂ ਪੈਸੇ ਉਹ ਦੇ ਦਿਆ ਕਰੇਗਾ ਪੈਸੇ ਉਹਨਾਂ ਨੇ ਵੀਰੇ ਤੁਹਾਨੂੰ ਦੇਣੇ ਆ ਤੁਹਾਡੇ ਕੰਮ ਦਾ ਤਾਂ ਦਾਰ ਹੀ ਹੈ ਨਹੀਂ ਮੈਂ ਬੱਚਾ ਬੁਲਾਉਣਾ ਜੀ ਹਾਂ ਮੈਂ ਸਰ ਉਹਨੂੰ ਫੋਨ ਕਰ ਰਿਹਾ ਕਿਉਂਕਿ ਲਾਗੇ ਫਿਰ ਰਿਹਾ ਕਿਉਂਕਿ ਸ਼ਾਦੀਆਂ ਦਾ ਸੀਜ਼ਨ ਅਕਸਰ ਮਾਰਕੀਆਂ ਦੇ ਬਾਹਰ ਬੱਚਾ ਫਿਰਦਾ ਬੱਚਾ ਫਿਰਦਾ ਹਾਂ ਕਿਉਂਕਿ ਮਾਰਕੀਆਂ ਤੋਂ ਐਂ ਕਰਕੇ ਜਦੋਂ ਕੁੱਕੜ ਛੱਡ ਦੇ ਨਾ ਅੱਛਾ ਅੱਛਾ ਬਹੁਤ ਅੱਛੀ ਤਾਂ ਸਲਿੱਪ ਜੀ ਨਹੀਂ ਕੈਚ ਕਰਦੇ ਕੋਈ ਇਦਾਂ ਕੁੱਕੜੀ ਕੈਚ ਕਰਦਾ ਮੁੰਡਾ ਬਹੁਤ ਅੱਛਾ ਉਹਦਾ ਮੂੰਹ ਦੇਖੋਗੇ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਨਹੀਂ ਨਹੀਂ ਮੇਰੇ ਮੂੰਹ ਨਾ ਦਿਖਾਓ ਜ਼ੈਨ ਕਿੱਥੇ ਛੇਤੀ ਪਹੁੰਚ ਜਾ ਮੀਆਂ ਚਿਕਨ ਸੈਂਟਰ ਤੇ ਠੀਕ ਆ ਬਹੁਤ ਅਲਫਤੇ ਦੇ ਸਾਹਮਣੇ ਆ ਜਾ ਅਲਫਤੇ ਦੇ ਸਾਹਮਣੇ ਹੋਣਾ ਭਾਜੀ ਹੋ ਜੀ ਬੱਚਾ ਆ ਰਿਹਾ ਅੱਛਾ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਉਹਦੇ ਹੱਥ ਦੀ ਕੁਕੜੀ ਜੀ ਭਾਜੀ ਐ ਲਓ ਜੀ ਐ ਮੇਰਾ ਆ ਗਿਆ ਜੀ ਮੈਂਬਰ ਜ਼ੈਨ ਐ ਸਾਡੀ ਵਰਦੀ ਹੈ ਜੀ ਆ ਜਿਹੜੀ ਆ ਤੁਹਾਨੂੰ ਕੁਕੜੀਆਂ ਪਹੁੰਚਾਏਗਾ ਆਹ ਜਿਹੜਾ ਹਾਂ ਕੈਸ਼ ਦੇ ਵਿੱਚ ਮਹਾਨ ਇਦਰਾ ਜ਼ੈਨ ਜੰਗਲ ਬਿਸਤਰਾ ਕਰਾ ਦੋ 10 ਮਿੰਟ ਤੂੰ ਅੱਖ ਲਾ ਲਾ ਮੈਂ ਇਹਨਾਂ ਨਾਲ ਡੀਲ ਸ਼ੀਲ ਕਰ ਲਵਾਂਗਾ ਭਾਈ ਜਾਨ ਤੁਸੀਂ ਇਹਨੂੰ ਦੇਸੀ ਕੁਕੜੀ ਸਮਝ ਰਹੇ ਮੈਂ ਦੇਸੀ ਕਦੇ ਵੀ ਨਹੀਂ ਸਮਝਣਾ ਵੀਰੇ ਮੈਂ ਤੈਨੂੰ ਆਵਾਰਾ ਮੁਰਗੀ ਸਮਝਣਾ ਜਿਹੜੇ ਕੂੜਾ ਖਾਣ ਵਾਲੀ ਹੁੰਦੀ ਸਰ ਬਦਤਮੀਜ਼ੀ ਕਰ ਰਿਹਾ ਸਰ ਮੇਰੀ ਬਦਤਮੀਜ਼ੀ ਕਰ ਰਿਹਾ ਅੱਛਾ ਤੁਸੀਂ ਇੱਕ ਮਿੰਟ ਜਰਾ ਸਾਹ ਲੈਣਾ ਸਰ ਗੱਲ ਪਤਾ ਕੀ ਜਦੋਂ ਇੱਥੇ ਬਹਿ ਜਾਓ ਲਓ ਸਰ ਬਹਿ ਗਏ ਤੁਸੀਂ ਵੀ ਬਹਿ ਜਾਓ ਇਹਨੂੰ ਨਾ ਪਾਓ ਇਹਨੂੰ ਲਾਓ ਜਰਾ ਇਹਨੂੰ ਜ਼ੈਨ ਇਹਨੂੰ ਨਾ ਪਾਓ ਇੱਥੇ ਲੈ ਜਰਾ ਚੈਨ ਹੈ ਸਰ ਗੱਲ ਇਹ ਕਿ ਕੰਮ ਜਿਹੜਾ ਨਾ ਪੁੱਤਰ ਤੁਸੀਂ ਜਿਹੜਾ ਸ਼ੁਰੂ ਕੀਤਾ ਨਾ ਇਹ ਕੰਮ ਸਾਨੂੰ ਨਹੀਂ ਮਾਫਕ ਹੈ ਕਿਉਂਕਿ ਸਾਡੀ ਦੁਕਾਨਦਾਰੀ ਹੈ ਲਿਹਾਜ਼ਾ ਤੁਹਾਨੂੰ ਮੈਂ ਇੱਕ ਹੋਰ ਦੁਕਾਨ ਦੱਸਦਾ ਤੁਸੀਂ ਉੱਥੇ ਲੈ ਜਾਓ ਇਹਨੂੰ ਵੀ ਮੁੰਡੇ ਨੂੰ ਲੈ ਜਾਓ ਕਿਉਂਕਿ ਇਹ ਇੱਦਾਂ ਦਾ ਬੱਚਾ ਜਿਹੜਾ ਨਾ ਬਹੁਤਾ ਚਿਕਨ ਦੇ ਕੋਲ ਅਸੀਂ ਖੜਾ ਨਹੀਂ ਕਰ ਸਕਦੇ ਉਹਦੀ ਕੀ ਵਜ੍ਹਾ ਕਿਉਂਕਿ ਮੁਰਗੀਆਂ ਤਰਾਸ ਕਰਦੀਆਂ ਨੇ ਬਗਾਨਾ ਮਰਦ ਸਾਹਮਣੇ ਨੂੰ ਪਰਦਾ ਕਰਦੀਆਂ ਪਰੇਸ਼ਾਨ ਹੁੰਦੀਆਂ ਸਰ ਜਦੋਂ ਵੀ ਤੁਸੀਂ ਕਹੋਗੇ ਡਿਲੀਵਰੀ ਉੱਥੇ ਪਹੁੰਚੇਗੀ ਓਏ ਇੱਕ ਮਿੰਟ ਮੇਰੀ ਤਬੀਅਤ ਨਹੀਂ ਸਹੀ ਖਲੋ ਜਾ 2 ਮਿੰਟ ਖਲੋ ਜਾ ਅੱਛਾ ਗੱਲ ਪਤਾ ਕੀ ਇਹਦੇ ਹੱਥ ਦੀ ਮੁਰਗੀ ਤੁਸੀਂ ਖਾਓਗੇ ਨਹੀਂ ਇਹਦੇ ਹੱਥ ਦੀ ਪੈਨ ਪਤਾ ਕੀ ਹੈ ਇਹ ਬੰਦਾ ਜਿਹੜਾ ਨਾ ਇਹ ਮੁਰਗੀ ਕੈਚ ਕਰਕੇ ਨਾ ਕਿਸੇ ਹੋਰ ਬੰਦੇ ਨੂੰ ਦੇਵੇ ਉਹ ਸਾਡੇ ਕੋਲ ਲੈ ਕੇ ਆਵੇ ਇਹ ਨਾ ਲੈ ਕੇ ਆਵੇ ਇਹਦੀ ਕੀ ਵਜ੍ਹਾ ਇਹਦੀ ਵਜ੍ਹਾ ਇਹ ਹੈ ਕਿ ਜਿਹੜੀ ਮੁਰਗੀ ਆ ਉਹ ਪਹਿਲੀ ਗੱਲ ਤਾਂ ਇਹਦੇ ਹੱਥ 'ਚ ਆਉਣੀ ਨਹੀਂ ਸਰ ਆਉਣੀ ਹੱਥ ਦਿਖਾਓ ਹੈ ਦੇਖੋ ਨਹੀਂ ਆਉਣੀ ਪੈਨ ਉਹ ਲਿਆ ਇਹਨਾਂ ਨੂੰ ਸੈੱਟ ਕਰਾਓ ਇੱਕ ਮਿੰਟ ਭਾਈ ਜਾਨ ਤੁਸੀਂ ਹੱਥ ਸੈੱਟ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਇਹਨੇ ਨਾਲੋਂ ਲਾਉਣ ਵਾਲੇ ਆ ਇਹ ਹੱਥ ਹਾਂ ਐਡੇ ਪਿਆਰੇ ਹੱਥ ਆ ਇੰਜ ਤਾਂ ਮੈਂ ਫੜਾਉਣਾ ਹੀ ਨਹੀਂ ਸਰ ਤੁਸੀਂ ਨਾਲ ਮੈਨੂੰ ਵੀ ਭਰ ਦਿੱਤਾ ਕੀ ਹੋ ਗਿਆ ਜਿੰਨੀ ਦੇਰ ਤੂੰ ਇਹਦੇ ਨਾਲ ਫਿਰੇਗਾ ਤੂੰ ਭਰਦਾ ਹੀ ਰਹਿਣਾ ਜਿਹਨੇ ਨਾਲ ਹੱਥ ਸਾਫ ਕੀਤੇ ਆ ਉਹਦੇ ਨਾਲ ਅਸੀਂ ਵੀ ਕਾਫੀ ਕੁਝ ਸਾਫ ਕੀਤਾ ਆ ਮੈਨੂੰ ਪਤਾ ਸਰ ਤੁਸੀਂ ਛੁਰੀਆਂ ਕਰ ਰਹੇ ਸੀ ਸਾਫ ਗੱਲ ਇਹ ਕਿ ਪੈਨ ਉੱਠੋ ਉਧਰਾ ਅੱਛਾ ਸਰ ਪਤਾ ਕੀ ਗੱਲ ਸਾਡੇ ਨਾਲ ਇਸ ਤਰ੍ਹਾਂ ਦੀ ਜਿਹੜੀ ਸਦਕੇ ਦਾ ਲੈਣ ਦੇਣਾ ਨਾ ਉਹ ਇੱਥੇ ਤੁਸੀਂ ਦੁਕਾਨਦਾਰੀ ਤੇ ਗੱਲ ਵੀ ਨਹੀਂ ਕਰਨੀ ਇਸ ਤਰ੍ਹਾਂ ਦੀ ਇੱਧਰ ਆਓ ਮੇਰੇ ਕੋਲ ਅੱਛਾ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਤੇ ਮੈਂ WhatsApp ਕਰ ਦਵਾਂ ਵੀਰੇ ਮੈਂ ਤੈਨੂੰ ਕੁਝ ਵੀ ਨਹੀਂ ਕਰਨਾ ਭਾਈ ਸੁਣੋ 140 ਮੁਰਗੀਆਂ ਫੜੀਆਂ ਪਈਆਂ ਤਾਜ਼ਾ ਮੈਂ ਬੈਠ ਕੇ ਬੰਦ ਕੀਤੀਆਂ ਵਿੱਚ 9 ਦੇਸੀ ਆ ਉਹ ਵੀ ਤੁਹਾਡੀਆਂ ਚਾਰ ਸਿਰੀਆਂ ਸਾਰੇ ਕਦੂੰਬੇ ਦੀਆਂ ਤੇਰੇ ਦੂਏ ਛਲਾਰੂ ਆ ਦੇਸੀ ਲਾਲੀਆਂ ਦੇ ਲੇਲੇ ਆ ਮਗਜ਼ ਸਰ ਉਹਨੇ ਵੀ ਇਦਾਂ ਦੀ ਗੱਲ ਨਾ ਕਰ ਪੁੱਤਰ ਸਾਡੀ ਦੁਕਾਨਦਾਰੀ ਖਰਾਬ ਨਾ ਕਰ ਸਰ ਦੇਸੀ ਕੁਕੜੀਆਂ ਵੀ ਆ ਸਰ ਗੱਲ ਪਤਾ ਕੀ ਗੱਲ ਕੁਝ ਵੀ ਨਹੀਂ ਸਰ ਇਹ ਫਾਇਦੇ ਦੀ ਗੱਲ ਆ ਫਾਇਦੇ ਦੀ ਗੱਲ ਤੁਸੀਂ ਇੱਥੋਂ ਨਿਕਲ ਜਾਓ ਤੁਹਾਡੀ ਮਿਹਰਬਾਨੀ ਪਤਾ ਕੀ ਗੱਲ ਮੈਂ ਤਾਂ ਪੁੱਠੀ ਚੜਨਾ ਮਾਰ ਦਿਆਂਗਾ ਤੁਸੀਂ ਸਾਡਾ ਇਹ ਬੱਚਾ ਜਿਹੜਾ ਤੁਸੀਂ ਨਾਲ ਲੈ ਕੇ ਫਿਰਦੇ ਹੋ ਨਾ ਇਹ ਬੱਚਾ ਜਿਸ ਦੁਕਾਨ ਤੇ ਵੀ ਖਲੋਤਾ ਅਗਲੇ ਨੇ ਕਹਿੰਦਾ ਵੀ ਇਹ ਤਾਂ ਸਦਕੇ ਦਾ ਕੰਮ ਹੁੰਦਾ ਇਹਨੂੰ ਲੈ ਜਾਓ ਇੱਥੋਂ ਸਰ ਇਹ ਮੈਂ ਤੁਹਾਨੂੰ ਮਾਲ ਚਾਹੀਦਾ ਮੈਂ ਹਾਜ਼ਰ ਆ ਮੈਂ ਔਨ ਡਿਊਟੀ ਆ ਇਹ ਕੰਮ ਨਾ ਕਰੀਏ ਨਾ ਭਾਈ ਇਹ ਬੱਚਾ ਪਰੇ ਕਰ ਦੇ ਮੈਂ ਤੋਂ ਪਰੇ ਕਰ ਦੇ ਇੱਕ ਮਿੰਟ ਜ਼ੈਨ ਇਹ ਮੁੰਡਾ ਪਰੇ ਕਰ ਅੱਛਾ ਮੇਰੀ ਗੱਲ ਸੁਣੋ ਤੁਸੀਂ ਸਾਡੇ ਨਾਲ 2 ਸਾਲ ਕੰਮ ਕਰ ਲਓ ਲਗਾਤਾਰ ਅਸੀਂ ਵੀਰੇ ਤਾਂ ਨਾ ਇੱਕ ਮਿੰਟ ਵੀ ਕੰਮ ਨਹੀਂ ਕਰਨਾ ਕਿਉਂਕਿ ਸਦਕੇ ਦਾ ਕੰਮ ਅਸੀਂ ਕਰਦੇ ਨਹੀਂ ਅੱਛਾ ਨਾ ਕਰੋ ਲੇਕਿਨ ਅਗਲੀ ਗੱਲ ਤੁਸੀਂ ਸਾਡੇ ਨਾਲ ਕੰਮ ਕਰ ਲਓ 2 ਸਾਲ 'ਚ ਭਾਈ ਜਾਨ ਤੁਹਾਡੀ ਕੋਠੀ ਹੋਏਗੀ ਡਿਫੈਂਸ ਦੇ ਉੱਤੇ ਬਾਹਰ ਤੁਹਾਡੇ V8 ਖੜੀ ਹੋਏਗੀ 3 ਗਨਮੈਨ ਹੋਣਗੇ ਉੱਥੇ ਹਾਂਜੀ 3 ਗਨਮੈਨ ਔਰ ਤੁਹਾਨੂੰ ਅਮੀਰ ਕਰ ਦਿਆਂਗਾ ਇਹ ਸਾਰਾ ਕੁਝ ਤੁਸੀਂ ਕਰੋਗੇ ਸਰ ਮੈਂ ਕਹਿੰਦਾ ਕੁੱਕੜ ਦੀਆਂ ਮੈਂ ਨਹੀਂ ਕਰਨਾ ਚਲੋ ਭਾਜੀ ਉੱਥੇ ਚਲੋ ਸਰ ਕਿਉਂ ਨਹੀਂ ਕਰਨਾ ਭਾਈ ਜਾਨ ਮੈਂ ਇਸ ਤਰ੍ਹਾਂ ਦਾ ਕੰਮ ਕਰਦਾ ਨਹੀਂ ਸਾਡੀ ਦੁਕਾਨਦਾਰੀ ਸਾਡਾ ਇੱਕ ਨਾਮ ਹੈ ਮਕਾਮ ਹੈ ਸਰ ਤੁਹਾਡਾ ਤੁਹਾਨੂੰ ਅੱਛੀ ਆਫਰ ਮਿਲ ਰਹੀ ਯਾਰ ਅਸੀਂ ਇਸ ਤਰ੍ਹਾਂ ਦੀ ਆਫਰ ਸਾਨੂੰ ਨਹੀਂ ਚਾਹੀਦੀ ਦੁਨੀਆ ਤਾਂ ਪੈਸੇ ਪਿੱਛੇ ਭੱਜ ਰਹੀ ਹੈ ਤਾਂ ਤੁਸੀਂ ਕੋਈ ਨਹੀਂ ਭੱਜ ਰਹੇ ਯਾਰ ਦੁਨੀਆ ਭੱਜੀ ਜਾਵੇ ਅਸੀਂ ਤਾਂ ਨਹੀਂ ਨਾ ਭੱਜਣਾ ਅਸੀਂ ਵੀਰੇ ਆਪਣਾ ਕੰਮ ਦੇਖਣਾ ਕਿ ਦੁਨੀਆ ਮਗਰ ਭੱਜੀ ਅੱਛਾ ਤੁਸੀਂ ਮਾਲ ਚਾਹੀਦਾ ਕਦੋਂ ਮਾਲ ਚਾਹੀਦਾ ਮੈਨੂੰ ਤੇਰੇ ਕੋਲੋਂ ਚਾਹੀਦਾ ਹੀ ਨਹੀਂ ਮੈਨੂੰ ਤੇਰੇ ਕੋਲੋਂ ਚਾਹੀਦਾ ਹੀ ਨਹੀਂ ਅੱਛਾ ਤੁਸੀਂ ਨਹੀਂ ਭੱਜ ਰਹੇ ਪੈਸੇ ਮਗਰ ਤੁਹਾਡੇ ਜੋਗਰ ਖਰਾਬ ਹੋ ਗਏ ਮੇਰੇ ਪੈਸੇ ਮਗਰ ਭੱਜਦਾ ਕਿਉਂ ਕਿਉਂ ਪੈਸਾ ਮੇਰੇ ਕੋਲ ਬਹੁਤ ਆ ਬਹੁਤ ਪੈਸਾ ਬਹੁਤ ਪੈਸਾ ਆ 2000 ਰੁਪਏ ਦਿਓ 2000 ਰੁਪਏ ਕਿਉਂ ਭੰਨ ਸਦਕੇ ਦਾ ਕੰਮ ਕਰਕੇ ਤੁਹਾਡੇ ਕੋਲ ਪੈਸਾ ਕੋਈ ਨਹੀਂ ਬਚਣਿਆ ਤੁਸੀਂ ਕਿਹੜਾ ਵੀ ਅਗਲੇ ਨੂੰ ਜੇਬ ਦੇ ਵਿੱਚ ਪੈਸੇ ਲਿਜਾ ਕੇ ਫੇਰ ਮੁਰਗੀ ਦਿੰਦੇ ਸਾਰੇ ਬੱਚੇ ਨੂੰ ਮੈਂ ਕਲਟਸ ਲੈ ਕੇ ਦਿੱਤੀ ਆ ਇਹਨੂੰ ਹਾਂਜੀ ਕਿਉਂਕਿ ਇਹਦੇ ਪੂਰਾ ਬਾਈਪਾਸ ਤੱਕ ਫਿਰਨਾ ਹੁੰਦਾ ਜਿੰਨੀ ਇਹਨੂੰ ਲੈ ਜਾ ਮੈਂ ਚੋਲੀ
तेन मैं कहना कुछ नहीं तेरे को सत बारी तेरे थलों सिर ए करके तेन सुट देना पड़ेगा ला लो चंगे मुस्तकबिल बन जाएगा बच्चा ऐसा मुस्तकबिल सानू चाहिए नहीं वीरे जो सदके तो शुरू हो चलो भाजपा अभी अपना कारोबार करते हैं अभी सदके का काम करते चलो निकलो भाजा सर कदों ले आवां।